ਅੰਕਲ ਜੀ ਦੀ ਬੇਟੀ ਦਾ ਹੈਗਾ ਵਿਆਹ ਤੇ ਅਸੀਂ ਚੱਲੇ ਸੀ ਉਹਦੀ ਹਲਦੀ ਤੇ ਅਸੀਂ ਯੈਲੋ ਯੈਲੋ ਸੂਟ ਪਾਏ ਨੇ ਦੀਦਾ ਨੇ ਵੀ ਯੈਲੋ ਪਾਇਆ ਦੀਦਾ ਦਿਖਾਇਆ ਤੁਹਾਡਾ ਸੂਟ ਦੀਦਾ ਜਦੋਂ ਆਉਣਗੇ ਫਿਰ ਮੈਂ ਤੁਹਾਨੂੰ ਉਹਨਾਂ ਦਾ ਵੀ ਸੂਟ ਦਿਖਾਉਂਦੀ ਹਾਂ ਤੇ ਐਂਬਰ ਸਾਡੀ ਰੈਡੀ ਹੈ ਹੈ ਨਾ ਐਂਬੂ ਆਰ ਯੂ ਰੈਡੀ ਆਰ ਯੂ ਰੈਡੀ ਬੇਟੀ ਯੈਸ ਤੇ ਅੰਕਲ ਜੀ ਦੇ ਘਰ ਚੱਲੇ ਸੀਗੇ ਤੇ ਮਿਲਦੇ ਹਾਂ ਉੱਥੇ ਜਾ ਕੇ ਫਿਰ ਤੇ ਦੇਖਦੇ ਹਾਂ ਸੈਲੀਬ੍ਰੇਸ਼ਨ ਕਿੱਦਾਂ ਦੀਆਂ ਚੱਲ ਰਹੀਆਂ ਨੇ ਆਹ ਦੇਖ ਲਓ ਦੀਦੀ ਦਾ ਸੂਟ ਹੈਲੋ ਦੀਦਾ ਹੈਲੋ 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 ਮੈਂ ਕਿਹਾ ਯੈਲੋ ਯੈਲੋ ਹਲਦੀ ਵਾਲਾ ਸੂਟ ਤੇ ਜ਼ਰੂਰੀ ਹੈ ਹੈ ਨਾ ਫੰਕਸ਼ਨ ਵਧੀਆ ਲੱਗਦਾ ਇੱਦਾਂ ਚਲੋ ਜੀ ਮਿਲਦੇ ਹਾਂ ਅਸੀਂ ਜਾ ਰਹੇ ਹਾਂ ਮੰਮੀ ਓਕੇ ਮੰਮਾ ਚਲੋ ਜੀ ਚੱਲੀਏ ਫਿਰ ਤੁਹਾਨੂੰ ਵੀ ਲੈ ਕੇ ਮੌਸਮ ਬੜਾ ਹੀ ਅੱਛਾ ਹੈ ਔਸਮ ਹੈ ਮੌਸਮ ਔਰ ਵਧੀਆ ਲੱਗ ਰਿਹਾ ਵੀ ਚਲੋ ਵਿਆਹ ਵੀ ਠੰਡ ਜਿਹੀ 'ਚ ਆ ਗਿਆ ਥੋੜ੍ਹਾ ਜਿਹਾ ਨਹੀਂ ਤਾਂ ਫਿਰ ਉਹ ਬੜਾ ਹੋਣਾ ਸੀਗਾ ਗਰਮੀ ਦੇ ਵਿੱਚ ਸਾਰਾ ਦਿਨ ਗਰਮੀ 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 ਓ ਮਾਈ ਗੋਡ ਗਰਮੀ ਦਾ ਤਾਂ ਵੱਟ ਕੱਢੇ ਪਏ ਨੇ ਅੱਜ ਹਲਦੀ ਹੈ ਹਾਂਜੀ ਅਤੇ ਵਿਆਹ ਵੀ ਦਿਖਾਵਾਂਗੇ ਤੁਹਾਨੂੰ ਕਿ ਵਿਆਹ ਕਿੱਦਾਂ ਦਾ ਚੱਲ ਰਿਹਾ ਅਤੇ ਮਿਲਦੇ ਹਾਂ ਫਿਰ ਹੁਣ ਘਰ ਜਾ ਕੇ ਆ ਹੈਗਾ ਜੀ ਅੰਕਲ ਜੀ ਦਾ ਘਰ ਅਸੀਂ ਪਹੁੰਚ ਗਏ ਚਲੋ ਦੀਦਾ ਢੋਲਕੀਆਂ ਵੱਜ ਰਹੀਆਂ ਨੇ ਅੰਦਰ ਜਾ ਕੇ ਬਣਾਵਾਂਗੇ ਸਾਹਮਣੇ ਦੇਖ ਹੀ ਰਹੀਆਂ ਹੋਣੀ ਅੰਦਰੋਂ ਆਂਟੀ ਹੋਰ ਚਲੋ ਜੀ ਮਿਲਦੇ ਅੰਦਰ ਦਾ ਮਾਹੌਲ ਸੈਲੀਬ੍ਰੇਸ਼ਨ ਚੱਲਦੀਆਂ ਪਈਆਂ ਨੇ ਅਤੇ ਸਾਰੀਆਂ ਆਂਟੀਜ਼ ਇਕੱਠੀਆਂ ਹੋਈਆਂ ਹੋਈਆਂ ਨੇ ਚੱਕ ਟਾਕੇ ਮੈਂ ਨਾਨੀਆਂ
ਹਲਦੀ ਦੀ ਰਸਮ ਕਰਨ ਦੇ ਲਈ ਜਿਹੜਾ ਬੰਨੀ ਜਾਂਦੀ ਹੈ ਖੰਮਣੀ ਕਹੂੰਗੀ ਮੈਂ ਤਾਂ ਹੁਣ ਤੇ ਜਾ ਰਹੀ ਹੈ ਜਿਹੜੀ ਮੈਂ ਹੁਣ ਆ ਗਈ ਜੀ ਦੀਦਾ ਦੀ ਵਾਰੀ ਕਿਉਂ ਕਿਉਂਕਿ ਜਿਨ੍ਹਾਂ ਨੇ ਖੰਮਣੀ ਬੰਨੀ ਹੈ ਸੱਤ ਜਣਿਆਂ ਦੇ ਖੰਮਣੀ ਬੰਨੀ ਗਈ ਹੈ ਉਹ ਸਾਰੇ ਮਿਲ ਕੇ ਹਲਦੀ ਕੁੱਟਣਗੇ ਦੀਦੀ ਆ ਗਏ ਦੀਦਾ ਨੇ ਬਾਰੀ ਕੱਢ ਦਿੱਤੀ ਇੱਕ ਇਹ ਆ ਲਓ ਜੀ ਦੂਸਰਾ ਮਿੱਠਾ ਮਿਲ ਗਿਆ ਜੀ ਮਿੱਠਾ ਕਿਉਂ ਕਿਉਂਕਿ ਇਹ ਇੱਕ ਮਿੱਠੀ ਰਸਮ ਕਹਿ ਸਕਦੇ ਹਾਂ ਆਪਾਂ ਹੈ ਨਾ ਕਿਉਂਕਿ ਵਿਆਹ ਦੀ ਰਸਮ ਬਹੁਤ ਹੀ ਵਧੀਆ ਆ ਤੀਸਰੀ ਹੋ ਗਈ ਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਆਪਾਂ ਦੋਨੋਂ ਕਰਦੇ ਰਹਾਂਗੇ ਤੇ ਹੁਣ ਲੱਗਣ ਲੱਗੀ ਹੈ ਚੌਥੀ ਚੌਥੀ ਸੱਟ ਹਲਦੀ ਦੇ ਉੱਤੇ ਸ਼ਗਨਾ ਵਾਲੀ ਸ਼ਾਪਿੰਗ ਨਹੀਂ ਕਰਦੇ ਮੈਂ ਆਪਣੇ ਤੈਨੂੰ ਕਹਿੰਦੀ ਨਾ ਆਪਣੇ
ਗੁੜੀਆ ਲੱਗੀ ਸੀ ਹਲਦੀ ਦੇ ਉੱਤੇ ਸੱਟ ਮਾਰਨ, ਬਟ ਆਂਟੀ ਨੇ ਰੋਕਤਾ, ਕਹਿੰਦੇ ਨਹੀਂ, ਕਹਿੰਦੇ ਤੁਸੀਂ ਨਹੀਂ ਮਾਰ ਸਕਦੇ, ਤੁਸੀਂ ਬੈਲੂਨ ਲਓ, ਤੁਸੀਂ ਬੈਲੂਨ ਠੀਕ ਹੋਗੇ, ਤੁਸੀਂ ਅਜੇ ਬੈਲੂਨ ਨਾਲ ਖੇਡਣ ਵਾਲੇ ਹੋ। ਉਹ ਪਏ ਹੈ ਜੀ ਸਾਰਾ, ਸਾਰੀ ਸਮੱਗਰੀ ਹਲਦੀ ਦੀ, ਖੰਮਣੀ ਵੀ ਹੈ, ਮਿੱਠਾ ਵੀ ਹੈ ਅਤੇ ਸਿੰਦੂਰ ਵੀ ਹੈ ਅਤੇ ਹਲਦੀ ਹੈ। ਇਹਨੂੰ ਪਤਾ ਕੀ ਕਹਿੰਦੇ ਨੇ? ਇਹਨੂੰ ਮਮ ਜਿਸਤਾ ਕਹਿੰਦੇ ਨੇ। ਹਾਂਜੀ, ਅਸੀਂ ਮਮ ਜਿਸਤਾ ਕਹਿੰਦੇ ਹੁੰਦੇ ਹਾਂ ਜੀ। ਇਹ ਚੱਠੂ ਕਹਿੰਦੇ ਨੇ, ਚਲੋ ਜੀ ਮਿਲਦੇ ਹਾਂ ਫਿਰ ਦੁਬਾਰਾ ਅਗਲੀ ਰਸਮ ਦੇਖਦਾ ਕੀ ਹੁੰਦੀ ਹੈ। ਮੈਂ ਵੀ ਫਸਟ ਟਾਈਮ ਹੀ ਦੇਖ ਰਹੀ ਹਾਂ ਹਲਦੀ ਦੀ ਅਗਲੀ ਰਸਮ। ਰੌਲਾ ਪੈ ਗਿਆ ਸੀ ਕਿਉਂਕਿ ਪਹਿਲਾਂ ਪੰਜ ਲੇਡੀਜ਼ ਨੇ ਕੀ ਹੈ ਹਲਦੀ ਨੂੰ ਸੱਟ ਮਾਰਦੀ ਸੀ, ਹਲਦੀ ਨੂੰ ਪੀਸ ਲਿਆ ਸੀ, ਬਟ ਦੋ ਰਹਿ ਗਈਆਂ ਸੀ। ਹੁਣ ਆਂਟੀ ਜੀ ਆ ਗਏ ਅਤੇ ਆਂਟੀ ਜੀ ਆਪਦੀ ਰਸਮ ਨਿਭਾ ਰਹੇ ਨੇ। ਆ ਲਓ ਜੀ, ਲਓ ਜੀ, ਸੱਤ ਜਣੀਆਂ ਦੀ ਹਲਦੀ ਕੁੱਟਤੀ, ਰੀਅਲ ਹਲਦੀ, ਕਾਫੀ ਟਾਈਮ ਬਾਅਦ ਦੇਖੀ ਹੈਗੀ ਰੀਅਲ ਹਲਦੀ। ਚਲੋ ਜੀ ਮਿਲਦੇ ਹਾਂ ਥੋੜ੍ਹੀ ਦੇਰ। ਖਾਣਾ ਪੀਣਾ ਹੋ ਗਿਆ ਅਤੇ ਆਂਟੀ ਮਹਿੰਦੀ ਡਿਸਟ੍ਰੀਬਿਊਟ ਕਰ ਰਹੇ ਹਾਂ ਸਾਰੀਆਂ ਨੂੰ ਜਿਹੜੇ ਜਿਹੜੇ ਆਏ ਸੀਗੇ, ਅਤੇ ਅਸੀਂ ਚੱਲੇ ਹਾਂ ਹੁਣ ਆਂਟੀ ਨੂੰ ਬਾਈਕ ਲੈ ਕੇ, ਆਂਟੀ ਜੀ ਨੂੰ ਮਿਲੀਏ ਇੱਕ ਵਾਰੀ। ਇਹ ਵੀ ਆਂਟੀ ਸਾਡੇ ਨੇਬਰ ਦੇ ਵਿੱਚ ਨੇਗੇ। ਹੈਲੋ ਆਂਟੀ ਜੀ, ਅਤੇ ਇਹ ਬਿਲਕੁਲ ਮੰਮੀ ਦੀ ਸ਼ਕਲ ਦੇ ਨੇ, ਦੇਖ ਲਓ। ਅਸੀਂ ਨਾ ਅੱਜ ਤਾਂ ਪਹਿਲੀ ਵਾਰੀ ਦੇਖਿਆ ਆਂਟੀ ਨੂੰ, ਤਾਂ ਅਸੀਂ ਕਿਹਾ ਮੰਮੀ ਦੇ ਸਿਸਟਰ ਲੱਗਦੇ ਨੇ, ਬਿਲਕੁਲ ਮੰਮੀ ਦੇ ਸਿਸਟਰ, ਅਤੇ ਆਂਟੀ ਨੂੰ ਮਿਲਦੀ ਆ। ਲਓ ਜੀ ਸਾਰੇ ਜਣੇ ਚੱਲੇ ਆਪਦੇ ਆਪਦੇ ਘਰ ਨੂੰ, ਅਸੀਂ ਵੀ ਚੱਲੇ ਹਾਂ। ਕਿਹੜੇ ਤੋਂ ਸਮੋਸਾ ਖਾਇਆ ਨਹੀਂ ਗਿਆ, ਅਸੀਂ ਨਾਲ ਲੈ ਕੇ ਚੱਲੇ ਹਾਂ। ਇਹ ਹੈਗੇ ਨੇ ਜੀ ਆਂਟੀ ਦੀ, ਜਿਨ੍ਹਾਂ ਦੀ ਬੇਟੀ ਦਾ ਵਿਆਹ ਹੈ, ਅਤੇ ਅਸੀਂ ਚੱਲੇ ਆਂਟੀ ਜੀ ਨੂੰ ਬਾਏ ਕਰਕੇ। ਠੀਕ ਹੈ ਆਂਟੀ ਜੀ, ਕੰਗ੍ਰੈਚੁਲੇਸ਼ਨ। ਥੈਂਕ ਯੂ। ਹਾਂਜੀ ਦੀਦਾ, ਹਾਂਜੀ ਆਂਟੀ ਜ਼ਰੂਰ ਜ਼ਰੂਰ ਲੈ ਕੇ ਆਉਂਗੇ। ਚਲੋ ਜੀ ਮਿਲਦੇ ਹਾਂ ਫਿਰ।